ਅਸਲਾਮ ਅਲੈਕੁਮ ਜੀ ਐਨ ਪਿਆਰ ਪਰੀ ਸਸਿਕਲ ਆਦਾਬ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਹੋਰ ਅੱਜ ਕੋਈ ਫੇਰ ਪਹੁੰਚ ਗਏ ਅਸੀਂ ਗੁਰਦੁਆਰਾ ਸ੍ਰੀ ਪਹਿਲੀ ਪਾਸ਼ਾ ਇਛਵਾ ਬਾਬਾ ਗੁਰ ਨਾਨਕ ਸਾਹਿਬ ਆਊਟਸਕਰਟਸ ਆਫ ਰੋਤਾਸ ਫੋਰਟ ਜੀ ਹਾਂ ਜੀ ਨਾਰਥ ਵੈਸਟ ਪੰਜਾਬ ਤਹਿਸੀਲ ਦੀਨਾ ਡਿਸਟ੍ਰਿਕਟ ਜੇਲਮ ਤੇ ਨਾਰਥ ਵੈਸਟ ਪੰਜਾਬ ਦੇ ਅੰਦਰ ਅਸੀਂ ਇਸ ਵੇਲੇ ਮੌਜੂਦ ਹਾਂ ਅਸੀਂ ਤਕਰੀਬਨ ਕੋਈ 6 ਸਾਲ ਪਹਿਲੇ ਐਸ ਗੁਰਦੁਆਰਾ ਸਾਹਿਬ ਨੂੰ ਹਾਈਲਾਈਟ ਕੀਤਾ ਸੀ ਤੇ ਜਗਤ ਸੰਗਤ ਨੇ ਬਹੁਤ ਹੀ ਮਾਨ ਦਿੱਤਾ ਪਿਆਰ ਦਿੱਤਾ ਔਰ ਉਸ ਵੀਡੀਓ ਨੂੰ ਬਹੁਤ ਰੱਜ ਕੇ ਸ਼ੇਅਰ ਕੀਤਾ ਜਿਹਦੇ ਨਾਲ ਇਦਾਂ ਹੋਇਆ ਕਿ ਜਗਤ ਸੰਗਤ ਜਿਹੜੀ ਹੈ ਉਹਦੇ ਵਿੱਚ ਇੱਕ ਜਜ਼ਬਾ ਪੈਦਾ ਹੋਇਆ ਔਰ ਇਹਨੂੰ ਰੀਸਟੋਰ ਕਰਨ ਦੀ ਗੱਲ ਹੋਈ ਤਾਂ ਉਸ ਵੇਲੇ ਉਸ ਬੰਦੇ ਨੂੰ ਕਿੰਨਾ ਕੁ ਮਾਨ ਫੀਲ ਹੁੰਦਾ ਹੋਵੇਗਾ ਜਦੋਂ ਸੰਗਤ ਜਿਹੜੀ ਹੈ ਇਸ ਬਾਰੇ ਕੰਮ ਕਰਨ ਦੇ ਬਾਰੇ ਵਿੱਚ ਕਹਿੰਦੀ ਹੈ ਕਾਰ ਸੇਵਾ ਕਰਨ ਦੇ ਬਾਰੇ ਵਿੱਚ ਕਹਿੰਦੀ ਹੈ ਔਰ ਕਾਰ ਸੇਵਾ ਪਹਿਲੇ ਜਿਹੜੀ ਹੈ 2 ਸਾਲ ਪਹਿਲੇ ਸ਼ੁਰੂ ਵੀ ਹੋਈ ਸੀ ਕੈਨੇਡਾ ਦੀ ਸੰਗਤ ਦੀ ਸੰਯੋਗ ਦੇ ਨਾਲ ਲੇਕਿਨ ਕੋਈ ਮਜ਼ਾ ਨਹੀਂ ਆਇਆ ਕੋਈ ਰੀਸਟੋਰੇਸ਼ਨ ਜਿਹੜੀ ਹੈ ਜਾਂ ਕਾਰ ਸੇਵਾ ਉਨੀ ਮਜ਼ੇਦਾਰ ਨਹੀਂ ਹੋਈ ਜਿੰਨੀ ਕਿ ਹੋਣੀ ਚਾਹੀਦੀ ਸੀ ਦੇਖਣ ਨੂੰ ਤੇ ਕਾਰ ਸੇਵਾ ਵਧੀਆ ਲੱਗਦੀ ਹੈ ਕਿ ਕਿਸੇ ਤਰੀਕੇ ਦੀ ਵੀ ਹੋਈ ਹੋਵੇ ਲੇਕਿਨ ਅਗਰ ਪੁਰਾਤਨ ਆਰਕੀਟੈਕਚਰ ਦੇ ਵਿੱਚ ਕੀਤੀ ਜਾਏ ਤਾਂ ਮੇਰਾ ਖਿਆਲ ਹੈ ਉਹ ਜ਼ਿਆਦਾ ਬਿਹਤਰ ਹੈ ਜੀ ਹਾਂ ਜੀ ਮੈਂ ਗੱਲ ਕਰ ਰਿਹਾ ਹਾਂ ਕਿ ਇਹ ਸੇਵਾ ਦੁਬਾਰਾ ਤੋਂ ਯੂ ਐਸ ਏ ਦੀ ਸੰਗਤ ਹੈ ਠੀਕ ਹੈ ਜੀ ਯੂਐਸਏ ਦੀ ਸੰਗਤ ਜਿਹੜੀ ਹੈ ਉਹਨਾਂ ਨੂੰ ਇਹ ਸੇਵਾ ਦੁਬਾਰਾ ਮਿਲੀ ਹੈ ਕੈਲੀਫੋਰਨੀਆ ਤੋਂ ਰਣਜੀਤ ਨਗਾਰਾ ਨਾਮ ਤੋਂ ਇੱਕ ਸੰਸਥਾ ਬਣੀ ਹੈ ਇੱਕ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਹੈ ਉਹਨਾਂ ਨੂੰ ਇਹ ਸੰਸਥਾ ਮਿਲੀ ਹੈ ਔਰ ਈਟੀਬੀਪੀ ਬੋਰਡ ਵੱਲੋਂ ਉਹਨਾਂ ਨੂੰ ਬਕਾਇਦਾ ਤੌਰ ਤੇ ਸੇਵਾ ਵਾਸਤੇ ਲੈਟਰ ਵੀ ਜਾਰੀ ਕੀਤਾ ਗਿਆ ਔਰ ਆਪਾਂ ਗੱਲ ਕਰਾਂਗੇ ਇਹਦੀ ਰੀਸਟੋਰੇਸ਼ਨ ਦੇ ਮਤਲਬਕ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਸਿੱਖੋਰ ਮੁਗਲ ਆਰਕੀਟੈਕਚਰ ਹੈ ਉਹਨਾਂ ਦੋਵਾਂ ਨੂੰ ਮਿਲਾ ਕੇ ਜਿਹੜਾ ਆਰਕੀਟੈਕਚਰ ਹੈ ਇਹਦੇ ਤੇ ਯੂਜ਼ ਕੀਤਾ ਗਿਆ ਸੀ ਗੁਰਦੁਆਰਾ ਸਾਹਿਬ ਤੇ ਗੁਰੂ ਪਿਆਰੀ ਸੰਗਤ ਜੀ ਇਹ ਗੁਰਦੁਆਰਾ ਜਿਹੜਾ ਹੁਣ ਉਸੇ ਸ਼ੇਪ ਦੇ ਵਿੱਚ ਰੀਸਟੋਰ ਹੋਏਗਾ ਔਰ ਉਹਨੂੰ ਉਸੇ ਇੱਟ ਬ੍ਰਿਕ ਮਸਾਲੇ ਨੂੰ ਯੂਜ਼ ਕਰਦੇ ਆ ਹੋયા ਆਪਾਂ ਕੰਮ ਕਰਵਾਵਾਂਗੇ ਤਾਂ ਕਿ ਐਸਾ ਕੰਮ ਹੋਵੇ ਜਿਹੜਾ ਕਿ ਇੱਕ ਵਾਰੀ ਕੋਈ ਦੇਖੇ ਤੇ ਉਹ ਕਵੇ ਕਿ ਵਾਕੇ ਹੀ ਕਾਰ ਸੇਵਾ ਕੀਤੀ ਗਈ ਹੈ ਜਿਸ ਤਰ੍ਹਾਂ ਕਿ ਮਾਸਟਰ ਬਲਵੰਤ ਸਿੰਘ ਜੀ ਨੇ ਗੁਰਦੁਆਰਾ ਸ੍ਰੀ ਮਾਲੀ ਜੀ ਸਾਹਿਬ ਨਨਕਾਨਾ ਦੇ ਅੰਦਰ ਜਿਹੜੀ ਕਰਵਾਈ ਆ ਮੈਨੂੰ ਸਭ ਤੋਂ ਬਹੁਤ ਹੀ ਸੇਵਾ ਉਹਨਾਂ ਦੀ ਪਸੰਦ ਆਈ ਹੈ ਔਰ ਉਸ ਤੋਂ ਬਾਅਦ ਜਿਹੜੀ ਹੈ ਕੈਲੂਬ ਤੁਸੀਂ ਸੇਵਾ ਹੋ ਰਹੀ ਹੈ ਆਪਣਾ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਸૈયਦ ਅਜ਼ਰ ਅਲੀ ਸ਼ਾਹ ਸਾਹਿਬ ਦੇ ਅੰਡਰ ਔਰ ਵੀਕਿਊ ਟਰਸਟ ਪ੍ਰਾਪਰਟੀ ਬੋਰਡ ਦੇ ਅੰਦਰ ਜਿਹੜਾ ਉਹ ਕੰਮ ਹੋ ਰਿਹਾ ਮੈਨੂੰ ਉਸ ਤਰ੍ਹਾਂ ਦੀ ਰੀਸਟੋਰੇਸ਼ਨ ਜਿਹੜੀ ਆ ਉਹ ਵਧੀਆ ਲੱਗਦੀ ਹੈ ਕਿ ਉਹਨੂੰ ਅਸਲ ਸ਼ੇਪ ਦੇ ਵਿੱਚ ਰੀਸਟੋਰ ਕੀਤਾ ਜਾਵੇ ਦੇਖਦੇ ਆ ਗੁਰਦੁਆਰਾ ਸਾਹਿਬ ਦਾ ਆਰਕੀਟੈਕਚਰ ਬਿਫੋਰ ਰੈਨੋਵੇਸ਼ਨ ਤੁਹਾਡੇ ਤੱਕ ਪੂਰੀ ਰਿਪੋਰਟ ਇੱਕ ਵਾਰੀ ਫੇਰ ਮੈਂ ਭੇਜਾਂਗਾ ਤਾਂ ਕਿ ਤੁਸੀਂ ਦੇਖੋ ਫਿਰ ਉਸ ਤੋਂ ਬਾਅਦ ਇਹਨੂੰ ਜਦੋਂ ਆਪਾਂ ਰੀਸਟੋਰ ਕਰਾਂਗੇ ਤੇ ਫਿਰ ਤੁਸੀਂ ਦੇਖਣਾ ਕਿ ਕਿੱਦਾਂ ਦਾ ਲੱਗਦਾ ਹੈ ਔਰ ਕਿਸ ਤਰ੍ਹਾਂ ਦਾ ਹੁੰਦਾ ਫਿਲਹਾਲ ਬੜਾ ਹੀ ਖੂਬਸੂਰਤ ਮਾਲਟਿਆਂ ਦਾ ਬਾਗ ਹੈ ਜਿਹੜਾ ਕਿ ਇਹਦੇ ਵਿੱਚ ਮਾਲਟੇ ਵੀ ਲੱਗ ਚੁੱਕੇ ਨੇ ਗੁਰਦੁਆਰਾ ਸਾਹਿਬ ਦੇ ਦੁਆਲੇ ਜਿਹੜੀ ਇੱਕ ਪੁਰਾਤਨ ਕਹਿ ਲੋ ਤੁਸੀਂ ਪਰੰਪਰਾ ਹੈ ਕਿ ਇਨਸਾਨਾਂ ਦੇ ਨਾਲ ਨਾਲ ਚਿਰਿੰਦਪ੍ਰਿੰਦ ਜਿਹੜੇ ਐ ਪੱਖੂ ਪੰਛੀ ਆ ਉਹਨਾਂ ਦੀ ਖੁਰਾਕ ਦਾ ਵੀ ਬੰਦੋਬਸ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਕੀਤਾ ਜਾਂਦਾ ਸੀ ਤੇ ਚੱਲਦੇ ਹਾਂ ਅੱਗੇ ਫਿਰ ਤੇ ਦੇਖਦੇ ਹਾਂ ਜੀ ਜੀ ਗੁਰੂਪਿਆਰੀ ਸੰਗਤ ਜੀ ਅਸੀਂ ਪਹੁੰਚ ਗਏ ਆ ਇਸ ਵੇਲੇ ਮਾਲਟਿਆਂ ਦਾ ਬਾਗ ਜਿਹੜਾ ਲੱਗਾ ਹੋਇਆ ਕਿੰਨੂ ਮਾਲਟੇ ਔਰ ਸ਼ਿਕਰੀ ਮਾਲਟਾ ਜਿਹੜਾ ਬਹੁਤ ਮਿੱਠਾ ਮਾਲਟਾ ਹੁੰਦਾ ਉਹ ਗੁਰੂ ਘਰ ਦੀ ਸੇਵਾ ਜਿਹੜੀ ਹੈ 2 ਸਾਲ ਪਹਿਲੇ ਤੁਹਾਨੂੰ ਦੱਸਿਆ ਕਿ ਜਦੋਂ ਲਾਏਗੇ ਤੇ ਹੁਣ ਇਹਨਾਂ ਤੇ ਫਰੂਟ ਵੀ ਆ ਚੁੱਕਿਆ ਔਰ ਬਹੁਤ ਵਧੀਆ ਲੱਗਦਾ ਹੈ ਕਿ ਨੈਚੁਰਲ ਜਗ੍ਹਾ ਦੇ ਉੱਤੇ ਨੈਚੁਰਲ ਚੀਜ਼ਾਂ ਜਿਹੜੀਆਂ ਨੇ ਜਿਸਾ ਕਿ ਫਰੂਟ ਦਾ ਤਸਕਰਾ ਕੀਤਾ ਕਿ ਚਰਨਿੰਦਰਪ੍ਰਿੰਦ ਜਿਹੜੇ ਆ ਉਹਨਾਂ ਵਾਸਤੇ ਵੀ ਉਹ ਚੀਜ਼ਾਂ ਜਿਹੜੀਆਂ ਨੇ ਲਾਈ ਜਾ ਰਹੀਆਂ ਨੇ ਹੁਣ ਦੇਖੋ ਕਿੱਡਾ ਸੋਹਣਾ ਹੈ ਬਾਗ ਜਿਹੜਾ ਹੈ ਅਗਰ ਤੁਸੀਂ ਦੇਖ ਔਰ ਅਗਰੇ ਸੇਤਰਾ ਹੀ ਅੱਗੇ ਜਦੋਂ ਇਹ ਚੀਜ਼ਾਂ ਚੱਲਣਗੀਆਂ ਤੇ ਬਾਗ ਜਿਹੜਾ ਅਗੇ ਹੋਰ ਫਲੇਗਾ ਆਪਾਂ ਹੋਰ ਪੌਦੇ ਲਾਵਾਂਗੇ ਜਦੋਂ ਇਹਦੇ ਵਿੱਚ ਤੇ ਕਿੰਨਾ ਸੋਹਣਾ ਲੱਗੇਗਾ ਆ ਦੇਖੋ ਜੀ ਇੱਕ ਪ੍ਰਾਤਨ ਲੁੱਕ ਜਿਹੜੀ ਕਿ ਸੌਆਂ ਸਾਲ ਪਹਿਲੇ ਜਿਸ ਤਰ੍ਹਾਂ ਹੁੰਦੀ ਹੁੰਦੀ ਸੀ ਸੇਮ ਉਸੇ ਤਰ੍ਹਾਂ ਦੀ ਲੁੱਕ ਹੈ ਇੱਥੇ ਦੋ ਤਿੰਨ ਪੌਦੇ ਆ ਉਹ ਬਹੁਤ ਰਿਚ ਭਰੇ ਹੋਏ ਆ ਨਾ ਫਰੂਟ ਦੇ ਨਾਲ ਇਸ ਤਰਫ ਇੱਕ ਕਨਸੈਪਟ ਦੱਸਿਆ ਜਾ ਰਿਹਾ ਕੁਝ ਲੋਕ ਕਹਿ ਰਹੇ ਸਨ ਕਿ ਇੱਥੇ ਤੇ ਪਹਿਲੇ ਬਾਗ ਨਹੀਂ ਸੀ ਹੁੰਦੇ ਲੇਕਿਨ ਪੁਰਾਤਨ ਅਗਰ ਤੁਸੀਂ ਰੀਡ ਕਰੋ ਤੇ ਸਾਰਿਆਂ ਦੇ ਗੁਰਦੁਆਰਿਆਂ ਦੇ ਨਾਲ ਜਿਹੜੇ ਸੀ ਉਹ ਬਾਗ ਹੁੰਦੇ ਹੁੰਦੇ ਸੀ ਆਹ ਦੇਖੋ ਕਿਸ ਤਰ੍ਹਾਂ ਸ਼ਿਕਰੀ ਮਾਲਟਾ ਜਿਹੜਾ ਉਹ ਲੱਧਿਆ ਪਿਆ ਵਾ ਫਰੂਟ ਦੇ ਨਾਲ ਉਸ ਤੋਂ ਬਾਅਦ ਆ ਕਿੰਨੂ ਲੱਗਾ ਵਾ ਕਿੰਨੂ ਦੇ ਦੇਖੋ ਤੁਸੀਂ ਭਰੇ ਹੋਏ ਆ ਬਹੁਤ ਰਿਚ ਫਰੂਟ ਜਿਹੜਾ ਕਹਿ ਲੋ ਤੁਸੀਂ ਕਿ ਬਹੁਤ ਘੱਟ ਵੇਖਣ ਚਾਹੁੰਦਾ ਐਨਾ ਏਰੀਆਜ਼ ਦੇ ਵਿੱਚ ਆਹ ਦੇਖੋ ਠੀਕ ਹੈ ਗੁਰਪਿਆਰੀ ਸੰਗਤ ਜੀ ਅਸੀਂ ਹੁਣ ਅਸੀਂ ਜਾਂਦੇ ਆ ਮੇਨ ਰਸਤੇ ਵੱਲ ਉੱਥੋਂ ਜਾ ਕੇ ਤੁਹਾਨੂੰ ਅਸੀਂ ਗੇਟ ਤੋਂ ਗੁਰਦੁਆਰਾ ਸਾਹਿਬ ਦੇ ਜਿਹੜੇ ਦਰਸ਼ਨ ਨੇ ਉਹ ਕਰਵਾਉਣੇ ਆ ਜੀ ਗੁਰਪਿਆਰੀ ਸੰਗਤ ਜੀ ਅਸੀਂ ਮੇਨ ਦਰਵਾਜ਼ੇ ਦੇ ਉੱਤੇ ਪਹੁੰਚ ਗਏ ਜਿਹੜਾ ਪੁਰਾਤਨ ਗੇਟ ਸੀ ਗੁਰਦੁਆਰਾ ਸਾਹਿਬ ਦਾ ਬਹੁਤ ਉੱਚਾ ਗੇਟ ਹੈ ਘਟੋ ਘਟ ਕੋਈ 12 ਫੁੱਟ ਉੱਚਾ ਗੇਟ ਬਣਿਆ ਹੋਇਆ ਹੈ ਔਰ ਜਿਨੇ ਵੀ ਸੇਵਾ ਉਸ ਵੇਲੇ ਕੀਤੀ ਹੈ ਬਹੁਤ ਕਹਿੰਦੇ ਨੇ ਕਿ ਜੀ ਜਾਣ ਨਾਲ ਕੀਤੀ ਹੋਈ ਸਾਡੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਕੈਲਵੋ ਤੁਸੀਂ ਸਾਡੇ ਗਰੁੱਪ ਮੈਂਬਰ ਨੇ ਔਰ ਪਾਕਿਸਤਾਨ ਹੈਰੀਟੇਜ ਕਲੱਬ ਜਿਹਨੂੰ ਆਪਾਂ ਡੀਲ ਕਰਦੇ ਆ ਉਹ ਉਹਦੇ ਸਾਡੇ ਸਭ ਤੋਂ ਸੀਨੀਅਰ ਮੈਂਬਰ ਜਿਹੜੇ ਨੇ ਸਾਡੇ ਨਾਲ ਨੇ ਮਿਰਜ਼ਾ ਸਫਦਰ ਬੇਗ ਸਾਹਿਬ ਜਿਨ੍ਹਾਂ ਨੇ ਸਭ ਤੋਂ ਪਹਿਲੇ ਸਾਨੂੰ ਇੱਥੇ ਆਉਣ ਦੀ ਦਾਵਤ ਦਿੱਤੀ ਸੀ ਔਰ ਨਾਲ ਮਿਲ ਕੇ ਸਾਡੇ ਕੰਮ ਵੀ ਸ਼ੁਰੂ ਕੀਤਾ ਸੀ ਔਰ ਆਪਾਂ ਇਹਦੇ ਬਾਰੇ ਚ ਆਵਾਜ਼ ਚੁੱਕ ਕੇ ਗੱਲ ਵੀ ਕੀਤੀ ਸੀ ਜੀ ਅਸਲਾਮੁਅਲੈਕੁਮ ਮਿਰਜ਼ਾ ਸਾਹਿਬ ਵਾਅਲੈਕੁਮ ਸਲਾਮ ਜੀ ਮਿਰਜ਼ਾ ਸਾਹਿਬ ਦੁਬਾਰਾ ਤੋਂ ਹੁਣ ਇਹਦੀ ਸੇਵਾ ਜਿਹੜੀ ਹੈ ਉਹ ਸੰਸਥਾ ਜਿਹੜੀ ਹੈ ਪ੍ਰਾਈਵੇਟ ਮੈਂ ਤੁਹਾਨੂੰ ਦੱਸਿਆ ਹੈ ਯੂ ਐਸ ਏ ਦੀ ਰਣਜੀਤ ਨਗਾਰਾ ਉਹਨਾਂ ਨੂੰ ਮਿਲੀ ਹੈ ਯੂਐਸਏ ਨੂੰ ਔਰ ਕੋਸ਼ਿਸ਼ ਕਰਾਂਗੇ ਤੁਸੀਂ ਕੀ ਤੁਹਾਡਾ ਕੀ ਓਪੀਨੀਅਨ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਮੇਰਾ ਖਿਆਲ ਹੈ ਜਿਹੜਾ ਕਿ ਬਾਬਾ ਜੀ ਬੜੀ ਅੱਛੀ ਗੱਲ ਹੈ ਜਿੱਤਰੇ ਅਸਾਂ ਜਿਹੜਾ ਮਿਸ਼ਨ ਲੈ ਕੇ ਚੱਲੇ ਸੀ ਔਰ ਜਦੋਂ ਦੀ ਅਸੀਂ ਆਵਾਜ਼ ਉਠਾ ਰਹੇ ਸੀ ਇਸ ਗੁਰਦੁਆਰੇ ਸਾਹਿਬ ਵਾਸਤੇ ਜਾਂ ਹੋਰ ਗੁਰਦੁਆਰਿਆਂ ਵਾਸਤੇ ਹੈ ਉਹ ਆਸ-ਆਸਾ ਲੋਕਾਂ ਨੂੰ ਔਰ ਸੰਗਤਾਂ ਨੂੰ ਪਤਾ ਲੱਗਿਆ ਔਰ ਉਸਤਾ ਅਮਲ ਵੀ ਹੁਣ ਲੱਪਿਆ ਔਰ ਸੇਵਾ ਸੰਭਾਲ ਵੀ ਸ਼ੁਰੂ ਹੈ ਇਸ ਦੀ ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਹੈ ਵੀਡੀਓ ਵੀ ਤੁਸੀਂ ਵੀ ਇੱਥੇ ਹੀ ਸ਼ੂਟ ਕੀਤੀ ਸੀ ਕਿ ਪਿਛਲੇ ਸਾਲ ਅਗਸਤ ਨੂੰ ਅਗਸਤ ਵਿੱਚ ਸਾਲ ਹੋ ਗਿਆ ਤਕਰੀਬਨ ਇਹ ਸੰਗਤਾਂ ਲਈ ਓਪਨ ਹੋ ਗਿਆ ਸੀ ਲੇਕਿਨ 2015 ਦੇ ਵਿੱਚ ਅਸੀਂ ਪਹਿਲੀ ਵੀਡੀਓ ਆ ਪਹਿਲੀ ਵੀਡੀਓ ਜਿਸ ਤੋਂ ਪਹਿਲੇ ਕੋਈ ਵੀਡੀਓ ਆ ਪਹਿਲੀ ਵੀਡੀਓ ਸੀ ਔਰ ਅਸੀਂ ਫੋਟੋ ਵਾਕ ਕੀਤੀ ਸੀ ਬਕਾਇਦਾ ਇੱਥੇ ਸਾਰੇ ਦੋਸਤ ਪਾਕਿਸਤਾਨ ਹੈਰੀਟੇਜ ਕਲੱਬ ਦੀ ਲੋਰ ਤੂੰ ਔਰ ਦੂਰੂ ਦਰੂ ਔਰ ਮਲਤਾਨ ਤੁਕੀ ਤੁਕੀ ਤੁ ਅਸੀਂ ਡੇਰਾ ਗਾਜ਼ੀ ਖਾਨ ਤੋਂ ਸ਼ੁਯਬ ਸਾਹਿਬ ਵੀ ਆਏ ਸਨ ਤੇ ਅਸੀਂ ਇਥੇ ਯਾਨੀ ਇਸ ਨੂੰ ਹਾਈਲਾਈਟ ਕੀਤਾ ਸੀ ਔਰ ਹਾਈਲਾਈਟ ਕਰਨ ਦਾ ਅੱਜ ਅਸੀਂ ਦੇਖਦੇ ਹਾਂ ਮਕਸਦ ਇਹ ਸੀ ਕਿ ਅੱਜ ਹਾਂ ਇਸ ਦੀ ਜਿੱਥੇ ਤੱਕ ਗੱਲ ਹੈ ਕਿ ਜੀ ਇਸ ਦੀ ਦੁਬਾਰਾ ਸੇਵਾ ਸ਼ੁਰੂ ਹੋ ਰਹੀ ਹੈ ਤੇ ਸੰਗਠਨਾਂ ਦਾ ਵੀ ਬਹੁਤ ਸਾਰੀਆਂ ਸੰਗਠਨਾਂ ਦਾ ਵੀ ਇਹ ਮਤਲਬ ਹੈ ਔਰ ਮੈਂ ਵੀ ਐਜ਼ ਅ ਹਿਸਟੋਰੀਅਨ ਇਹ ਕਵਾਂਗਾ ਕਿ ਇਸ ਦੀ ਅਸਲ ਸ਼ਕਲ ਜਿਹੜੀ ਹੈ ਉਸ ਨੂੰ ਪ੍ਰਵਤਨ ਜਿਹੜੀ ਹਾਲਤ ਹੈ ਉਸ ਨੂੰ ਕਾਇਮ ਰੱਖਿਆ ਜਾਏ ਜੋ ਮਰਜ਼ੀ ਕਰੋ ਇਥੇ ਮਾਰਬਲ ਲਾਓ ਸੋਨਾ ਲਾਓ ਚਾਂਦੀ ਜੋ ਦਿਲ ਕਰਦਾ ਮਗਰ ਅਸਲ ਬਿਲਡਿੰਗ ਜਿਹੜੀ ਪ੍ਰਾਤਨ ਬਿਲਡਿੰਗ ਹੈ ਜਿਹੜੀ 1835 ਦੀ ਬਣੀ ਹੋਈ ਬਿਲਡਿੰਗ ਹੈ ਮਹਾਰਾਜਾ ਰਣਜੀਤ ਸਿੰਘ ਦੀ ਉਸ ਸ਼ਕਲ ਦੇ ਵਿੱਚ ਇਸ ਨੂੰ ਪਿੱਛੇ ਥੋੜਾ ਕਮ ਹੋਇਆ ਮੈਂ ਕੁਝ ਕੁਝ ਗੱਲਾਂ ਤੁਹਾਨੂੰ ਡਿਸਾਰਟ ਹੋਇਆ ਕਿ ਐ ਨਹੀਂ ਹੋਣਾ ਚਾਹੀਦਾ ਐ ਨਹੀਂ ਹੋਣਾ ਚਾਹੀਦਾ ਖਿੜਕੀਆਂ ਦੀ ਹਾਲਤ ਦੇਖ ਲਓ ਇੱਕ ਪਿੱਛੇ ਕਮਰਾ ਬੜਾ ਦਿੱਤਾ ਗਿਆ ਉਹ ਨਜ਼ਰ ਪੰਜਿਆ ਉਹ ਦੇਖ ਲਓ ਕਿ ਇਸ ਦੀ ਅਸਲ ਹਾਲਤ ਦੇ ਵਿੱਚ ਹੀ ਅੱਗੇ ਪਿੱਛੇ ਚਾਰ ਦੀਵਾਰੀ ਬੜਾਓ ਬਿਲਕੁਲ ਕੋ ਰਸੰਗਤਾ ਆਉਣ ਠੀਕ ਹੈ ਔਰ ਮਗਰ ਅਸਲ ਹਾਲਤ ਤਾਂ ਕਿ ਤੁਹਾਡੀ ਨਈ ਜਨਰੇਸ਼ਨ ਨੂੰ ਪਤਾ ਲੱਗਿਆ ਕਿ ਪੁਰਾਤਨ ਬਿਲਡਿੰਗ ਕਿਸ ਤਰ੍ਹਾਂ ਉਹਨਾਂ ਨੇ ਰਣਜੀਤ ਨਿਗਾਰਾ ਜਿਹੜੀ ਟੀਮ ਹੈ ਹਾਂਜੀ ਉਹਨਾਂ ਨੇ ਮੇਰਾ ਨਾਮ ਸਿਲੈਕਟ ਕੀਤਾ ਕਿ ਤੁਸੀਂ ਇਹਦੇ ਆਰਕੀਟੈਕਚਰ ਨੂੰ ਤੁਸੀਂ ਉਸ ਬਾਰੇ ਕੀ ਕਹੋਗੇ ਕਿ ਉਹਨਾਂ ਦਾ हां बिल्कुल ठीक है।, है जी देखो ਤੁਸੀਂ ਪੁਰਾਣੇ ਜਿਤਨੇ ਪਾਕਿਸਤਾਨ ਦੇ ਵਿੱਚ ਗੁਰਦੁਆਰੇ ਨੇ ਜਿਹੜੀਆਂ ਪੁਰਾਣੀਆਂ ਪ੍ਰਾਤਨ ਬਿਲਡਿੰਗ ਨੇ ਉਹ ਸਾਰੀਆਂ ਵਿਜ਼ਿਟ ਕੀਤੀਆਂ ਨੇ ਤੁਸੀਂ ਐਮਏ ਹਿਸਟਰੀ ਵੀ ਹੋ ਤੁਸੀਂ ਸਮਝਦੇ ਹੋ ਇਸ ਨੂੰ ਕੰਸਟਰਕਸ਼ਨ ਨੂੰ ਔਰ ਜਿਹੜਾ ਤਰਜ਼ੇ ਤਾਮੀਰ ਹੈ مختلف ਦੌਰ ਦਾ ਮੋਗਲ ਪੀਰੀਅਡ ਦਾ ਔਰ ਸਿੱਖ ਪੀਰੀਅਡ ਦਾ ਔਰ ਉਹ ਸਾਰਾ ਔਰ ਗੁਰਦੁਆਰੇ ਦਾ ਖਾਸ ਸਟਰਕਚਰ ਹੈ ਤੁਸੀਂ ਇਸ ਨੂੰ ਸਮਝਦੇ ਹੋ ਤੇ ਇਸ ਨਾਲੋਂ ਵੱਡੀ ਕਿਹੜੀ ਗੱਲ ਹੈ ਕਿ ਜਿਹੜਾ ਬੰਦਾ ਇਸ ਨੂੰ ਹਾਈਲਾਈਟ ਕਰ ਰਿਹਾ ਹੈ ਜਿਹੜਾ ਇਸ ਨੂੰ ਸਮਝਦਾ ਹੈ ਇਸ ਦੀ ਤਾਰੀਖ ਨੂੰ ਇਸ ਦੇ ਇਤਿਹਾਸ ਨੂੰ ਔਰ ਇਸ ਦੀ ਤਰਜ਼ੇ ਤਾਮੀਰ ਨੂੰ ਸਮਝਦਾ ਉਸ ਨਾਲੋਂ ਚੰਗਾ ਬੰਦਾ ਹੋ ਸਕਦਾ ਅੱਜ ਤੁਸੀਂ ਇੱਕ ਨਵਾਂ ਠੇਕੇਦਾਰ ਜਾਂ ਕੋਈ ਨਵਾਂ ਆਰਕੀਟੈਕਟ ਪਕੜ ਲੈਂਦੇ ਹੋ ਤੇ ਉਹ ਉਸ ਨੂੰ ਉਸ ਦੇ ਨਾਲ ਇਨਸਾਫ ਨਹੀਂ ਕਰ ਸਕੇਗਾ ਮੇਰਾ ਖਿਆਲ ਹੈ ਬਿਲਕੁਲ ਪਹਿਲੇ ਐਸੇ ਤਰ੍ਹਾਂ ਹੀ ਹੋਇਆ ਹੈ ਜਦੀ وجہ ਨਾਲ ਤੁਸੀਂ ਵੀ ਨਰਾਸ਼ ਸੀ ਔਰ ਮੈਂ ਵੀ ਨਰਾਸ਼ ਹਾਂ ਕਿ ਸੇਵਾ ਜ਼ਰੂਰ ਹੋਈ ਹੈ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਆ ਘਟੋ ਘਟ ਜੋ ਜਾਲੇ ਲੱਗੇ ਸੀ ਜਾਂ ਤੋੜ ਪਾਂ ਸੀ ਉਹਨਾਂ ਨੇ ਉਹ ਠੀਕ ਕੀਤੀ ਹੈ ਜਿਹੜਾ ਜੰਗਲੀ ਜੋ ਹਾਂ ਜੀ ਜੋ ਆਪਣੇ ਅੱਜ ਤੱਕ ਸੀ ਮਹਿਮੂਦ ਸਾਹਿਬ ਨੇ ਔਰ ਕੈਨੇਡੀਅਨ ਸੰਗਤ ਨੇ ਬਹੁਤ ਅੱਛਾ ਯੋਗਦਾਨ ਦਿੱਤਾ ਲੇਕਿਨ ਹੁਣ ਰਣਜੀਤ ਨਿਗਾਰਾ ਜਿਹੜਾ ਐਸੋਸੀਏਸ਼ਨ ਹੈ ਕਹਿ ਲਵੋ ਤੁਸੀਂ ਕਿ ਇੱਕ ਪ੍ਰਾਈਵੇਟ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਆ ਯੂਐਸਏ ਦੀ ਉਹਨਾਂ ਨੇ ਇਹਦਾ ਮਤਾ ਚੁੱਕਿਆ ਕਿ ਅਸੀਂ ਇਹਨੂੰ ਉਸ ਤਰੀਕੇ ਨਾਲ ਰੀਸਟੋਰ ਕਰਾਂਗੇ ਜਿਸ ਤਰ੍ਹਾਂ ਕਿ ਇਤਿਹਾਸ ਦੇ ਪੰਨਿਆਂ ਸੀ ਅਸੀਂ ਵਕਫ ਬੋਰਡ ਦੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਉਸ ਟੀਮ ਦਾ ਇੰਤਖਾਬ ਕੀਤਾ ਜੋ ਇਹਨੂੰ ਬਿਲਕੁਲ ਅਸਲ ਹਾਲਤ ਦੇ ਵਿੱਚ ਰੀਸਟੋਰ ਕਰਨ ਦੇ ਵਿੱਚ ਦਿਲਚਸਪੀ ਰੱਖਦੇ ਨੇ ਸਾਨੂੰ ਬਹੁਤ ਖੁਸ਼ੀ ਹੈ ਤੁਸੀਂ ਸਾਰੇ ਮਿਲ ਕੇ ਜਿਹੜੀ ਕੈਲੀਫੋਰਨੀਆ ਦੀ ਸੰਸਥਾ ਹੈ ਆਪਣਾ ਰਣਜੀਤ ਨਗਾਰਾ ਉਹਨੂੰ ਤੁਸੀਂ ਸਾਰੇ ਮਿਲ ਕੇ ਸਪੋਰਟ ਕਰੋ ਤਾਂ ਕਿ ਆਪਾਂ ਸਿਰਫ ਇੱਕ ਗੁਰਦੁਆਰੇ ਤੱਕ ਨਾ ਰਹੀਏ ਤੇ ਆਪਾਂ ਅੱਗੇ ਵੱਧ ਕੇ ਇਹਨਾਂ ਗੁਰੂ ਘਰਾਂ ਦੀ ਜਿਸ ਤਰ੍ਹਾਂ ਮੇਰਾ ਇੱਕ ਮਿਸ਼ਨ ਸੀ 10 ਸਾਲ ਤੋਂ ਲੈ ਕੇ ਯਕੀਨ ਕਰੋ ਕਿ ਆਮ ਟੂ ਮੱਚ ਇਮੋਸ਼ਨਲ ਅੱਜ ਮੈਂ ਬਹੁਤ ਜ਼ਿਆਦਾ ਜਜ਼ਬਾਤੀ ਹਾਂ ਅੱਜ ਮੈਂ ਬਹੁਤ ਜ਼ਿਆਦਾ ਮੇਰੇ ਅੰਦਰ ਇੱਕ ਕਹਿਲੋ ਤੁਸੀਂ ਐ ਦੇਖੋ ਮੇਰੇ ਲੂ ਕੰਡੇ ਖਲੋ ਗਏ ਐ ਸਿਰਫ ਇਸ ਗੱਲ ਨੂੰ ਕਰਕੇ ਜਿਸ ਤਰ੍ਹਾਂ ਕਿ ਮਿਰਜ਼ਾ ਸਾਹਿਬ ਨੇ ਕਿਹਾ ਕਿਤੋਂ ਵੱਧ ਉਸ ਬੰਦੇ ਨੂੰ ਖੁਸ਼ੀ ਕੀ ਹੋ ਸਕਦੀ ਹੈ ਕਿ ਉਸ ਚੀਜ਼ ਨੂੰ ਰੀਸਟੋਰ ਕੀਤਾ ਜਾਏਗਾ ਉਸੇ ਹੀ ਹਾਲਤ ਦੇ ਵਿੱਚ ਜੋ ਕਿ ਪਹਿਲੇ ਪ੍ਰਾਤਨ ਸੀ ਚੱਲਦੇ ਆ ਅਸੀਂ ਫਿਰ ਤੁਹਾਨੂੰ ਸਾਰਾ ਕੁਝ ਦੱਸਣੇ ਆ ਗੁਰਦੁਆਰਾ ਸਾਹਿਬ ਦੇ ਬਾਰੇ ਵਿੱਚ ਇੱਥੇ ਕੀ ਕੀ ਹੈ ਔਰ ਕੀ ਹੋਣਾ ਚਾਹੀਦਾ ਅਸੀਂ ਆਪਣੇ ਆਪਸ਼ਨ ਵੀ ਦਵਾਂਗੇ ਅਸੀਂ ਆਪਣੀ ਫੀਲਡ ਵਿੱਚ ਜਾਂ ਆਪਣੇ ਕੰਮ ਵਿੱਚ ਦੋਵੇਂ ਬਹੁਤ ਵੱਡੇ ਮਾਹਰ ਨਹੀਂ ਲੇਕਿਨ ਕੰਮ ਨੂੰ ਸਮਝਣੇ ਹੈਗੇ ਆ ਅਸੀਂ ਹਾਈਲਾਈਟ ਕਰਦੇ ਆ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਇੱਥੇ ਕੀ ਕੀ ਚੇਂਜਸ ਹੋਣ ਗੀਆਂ ਔਰ ਕਿੱਦਾਂ ਹੋਣਗੀਆਂ हां जी जी गुरु प्यारी संगत जी ए है एंट्रेंस ਜਿਹੜੀ ਹੈ ਗੁਰਦੁਆਰਾ ਸਾਹਿਬ ਦੀ ਕਦੀ ਇਹ ਗੇਟ ਜਿਹੜਾ ਹੈ ਨਾਰਥ ਵਾਲੀ ਸਾਈਡ ਤੇ ਹੈ ਜੀ ਨਾਰਥ ਵਾਲੀ ਸਾਈਡ ਦੇ ਉੱਤੇ ਔਰ ਕਿਲੇ ਦੇ ਵੀ ਨਾਰਥ ਸਾਈਡ ਦੇ ਉੱਤੇ ਔਰ ਕਿਲੇ ਦਾ ਤਲਾਕੀ ਗੇਟ ਹੈ ਕਿਲੇ ਕਿਲੇ ਦਾ ਰੋਤਸ ਕਿਲੇ ਦਾ ਤੁਹਾਨੂੰ ਅਸੀਂ ਨਜ਼ਾਰਾ ਕਰਾਉਨੇ ਆ ਥੋੜਾ ਜਨਾ ਕਿ ਕਿਸ ਤਰੀਕੇ ਨਾਲ ਹੈ ਇਹ ਦੇਖੋ ਤੁਸੀਂ ਇਹ ਪੁਰਾਤਨ ਗੇਟ ਹੈ ਔਰ ਇਹਦੇ ਦੋ ਪਾਸੋਂ ਸੀੜੀਆਂ ਚੜਦੀਆਂ ਨੇ ਲੈਫਟ ਔਰ ਰਾਈਟ ਇਹ ਤੁਸੀਂ ਦੇਖ ਸਕਦੇ ਹੋ ਮੜ ਗਿਆ ਨਾਰਕ ਨਹੀਂ ਸੁਣਿਆ ਇਹ ਇੱਥੋਂ ਜਿਹੜੀਆਂ ਸਿੜੀਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਉੱਤੇ ਚੜ੍ਹਦੀਆਂ ਨੇ ਮੇਨ ਬਿਲਡਿੰਗ ਆ ਗੇਟ ਤੇ ਖੜੇ ਹੋਵੋ ਤਾਂ ਤੁਹਾਨੂੰ ਗੁਰਦੁਆਰਾ ਸਾਹਿਬ ਇਸ ਤਰ੍ਹਾਂ ਨਜ਼ਰ ਆਉਂਦਾ ਸੀ ਲੋਹੇ ਦੀਆਂ ਖਿੜਕੀਆਂ ਦੀ ਗੱਲ ਕਰ ਰਏ ਸਾਂ ਠੀਕ ਹੈ ਜੀ ਗੁਰਦੁਆਰਾ ਸਾਹਿਬ ਦਾ ਮੇਨ ਆਰਕੀਟੈਕਚਰ ਤਿੰਨ ਮੰਜ਼ਲੀ ਗੁਰਦੁਆਰਾ ਜੀ ਔਰ ਪਹਿਲੇ ਖੱਬੇ ਪਾਸੇ ਖੂ ਕੁਈ ਹੈ ਜੀ ਔਰ ਆ ਥੋੜੀ ਜਿਨੀ ਕਹਿ ਲੋ ਤੁਸੀਂ ਕਿ ਹਿਸਟਰੀ ਲਿਖੀ ਹੈ ਜਿਹਦੇ ਵਿੱਚ ਥੋੜੀ ਜਿਨੀ ਕਰੈਕਸ਼ਨ ਦੀ ਲੋੜ ਹੈ ਬਾਕੀ ਤਕਰੀਬਨ ਠੀਕ ਹੈ ਲੇਕਿਨ ਥੋੜੀ ਜਿਹੀ ਕਰੈਕਸ਼ਨ ਕਰਨਾ ਲੀਆ ਹੈ ਐ ਹਿਸਟੋਰੀਕਲ हां जी जी गेट ਜਿਹੜਾ ਕਾਬਲੀ ਨਹੀਂ ਹੈਗਾ ਦੂਸਰਾ ਮਹਾਨ ਸਿੰਘ ਦੀ ਗੱਲ ਕੀਤੀ ਹਾਂ ਜੀ ਕੋਈ ਰੈਫਰੈਂਸ ਨਹੀਂ ਮਿਲਦਾ ਜੀ ਮਹਾਨ ਸਿੰਘ ਦਾ ਹਾਂ ਜੀ ਜੀ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦਾ ਕੰਸਟ੍ਰਕਸ਼ਨ ਕੰਸਟ੍ਰਕਸ਼ਨ ਹੈ ਇਸ ਵਾਸਤੇ ਥੋੜਾ ਜਨਾ ਇਹਦੇ ਤੇ ਹੈ ਅੱਗੇ ਚੱਲਦੇ ਹਾਂ ਅਸੀਂ ਖੂਦ ਸਾਹਿਬ ਹੈ ਆਪਾਂ ਜਦੋਂ ਸਰਵਿਸ ਇਹਦੀ ਸੇਵਾ ਸ਼ੁਰੂ ਕਰਾਂਗੇ ਕਾਰ ਸੇਵਾ ਸ਼ੁਰੂ ਕਰਾਂਗੇ ਤੇ ਉਸ ਵੇਲੇ ਆਪਾਂ ਪੂਰੀ ਡਿਗਿੰਗ ਕਰਨੀ ਆ ਖੂਦ ਦੀ ਖੂਦ ਸਾਹਿਬ ਦੀ ਮੁਕੰਮਲ ਆ ਦੇਖੋ ਹਲੇ ਤੁਸੀਂ ਇੰਨਾ ਕੁ ਰੀਸਟੋਰ ਕੀਤਾ ਹੈ ਠੀਕ ਹੈ ਜੀ ਲੇਕਿਨ ਆਪਾਂ ਕੋਸ਼ਿਸ਼ ਕਰਾਂਗੇ ਕਿ ਪੁਰਾਤਨ ਚੀਜ਼ ਨੂੰ ਉਸੇ ਤਰ੍ਹਾਂ ਹੀ ਇਹਦੀ ਬੋਰਿੰਗ ਵਗੈਰਾ ਕਰਵਾ ਕੇ ਦੁਬਾਰਾ ਤੋਂ ਇਹਨੂੰ ਰੀਸਟੋਰ ਕੀਤਾ ਜਾਵੇ ਔਰ ਜਾਲਤੂ ਜਾਰੀ ਹੋਵੇ ਨਿਸ਼ਾਨ ਸਾਹਿਬ ਦੀ ਜਗ੍ਹਾ ਠੀਕ ਹੈ ਜੀ ਔਰ ਗੇਟ ਜਿਹੜੇ ਨੇ ਉਹ ਲੱਕੜੀ ਦੇ ਲੱਗਣਗੇ ਆ ਤੁਸੀਂ ਦੇਖੋ ਕਿ ਆ ਜਿਹੜਾ ਗੇਟ ਹੈ ਇਹ ਲੱਗਾ ਹੋਇਆ ਹੈ ਇਹ ਬਾਰੀ ਚ ਬਦਲ ਦਿੱਤਾ ਗਿਆ ਦਰਵਾਜ਼ੇ ਨੂੰ ਠੀਕ ਹੈ ਜੀ ਉੱਤੇ ਪੰਥੀਆਂ ਵੀ ਲਿਖੀਆਂ ਹੋਈਆਂ ਨੇ ਗੁਰਬਾਣੀ ਗੁਰਬਾਣੀ ਦੇ ਸ਼ਬਦ ਜਿਹੜੇ ਨੇ ਸਭ ਤੋਂ ਵੱਡੇ ਸਤਗੁਰ ਨਾਨਕ ਸਭ ਤੋਂ ਵੱਡੇ ਵੱਡਾ ਇਹ ਸਭ ਤੋਂ ਵੱਡਾ ਉਹ ਦੂਸਰੇ ਪਾਸੇ ਲਿਖਿਆ ਚਿੰਤਾ ਚਿੰਤਾ ਸਭਲੀ ਗਈ ਨਾਨਕ 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 ਭਾਈ ਇਹ ਲਿਖਿਆ ਸਭ ਤੋਂ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਤੇ ਇਸ ਕਿਸਮ ਦੀਆਂ ਇਹ ਦੂਸਰੇ ਪਾਸੇ ਵੀ ਲਿਖੀਆਂ ਹੋਇਆ ਠੀਕ ਹੈ ਅੰਦਰ ਵੀ ਗੁਰਬਾਣੀ ਦੇ ਸ਼ਬਦ ਲਿਖੇ ਹੋਏ ਨੇ ਉਕੇ ਜੀ ਇਹ ਤੁਸੀਂ ਦੇਖੋ ਅ ਇਸ ਤਰ੍ਹਾਂ ਅਸੀਂ ਚਾਹ ਰਹੇ ਹਾਂ ਕਿ ਇਹਨਾਂ ਖਿੜਕੀਆਂ ਦੇ ਵਿੱਚ ਵੁੱਡ ਦਾ ਜੋੜਾ ਉਹ ਕੰਮ ਕੀਤਾ ਹੋਇਆ ਸੀ ਪਹਿਲੇ ਤੇ ਉਹੀ ਵੁੱਡਨ ਕੰਮ ਹੋਵੇ ਇਹਦੇ ਵਿੱਚ ਠੀਕ ਹੈ ਜੀ ਗੁਰਪਿਆਰੀ ਸੰਗਤ ਜੀ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਕਿ ਸਿੱਖ ਆਰਕੀਟੈਕਚਰ ਦੇ ਵਿੱਚ ਜਾਂ ਮੁਗਲ ਆਰਕੀਟੈਕਚਰ ਦੇ ਵਿੱਚ ਜਿਹੜੀਆਂ ਚੀਜ਼ਾਂ ਯੂਜ਼ ਹੋਈਆਂ ਹੋਈਆਂ ਨੇ ਆਪਾਂ ਉਹਨਾਂ ਨੂੰ ਹੀ ਦੁਬਾਰਾ ਕਰਨਾ ਚਾਹੁੰਦੇ ਹਾਂ ਜਿਸ ਤਰ੍ਹਾਂ ਕਿ ਉਹ 3rd ਮੰਜ਼ਲ ਦੇ ਉੱਤੇ ETBP ਬੋਰਡ ਨੇ ਇਹਨਾਂ ਦੀ ਸੇਵਾ ਰਖਵਾ ਦਿੱਤੀ ਸੀ ਉਹ ਇਸੇ ਲਈ ਰਿਕਵਈ ਸੀ ਕਿ ਇਹਨੂੰ ਉਸ ਤਰੀਕੇ ਨਾਲ ਰੀਸਟੋਰ ਨਹੀਂ ਸੀ ਕੀਤਾ ਜਾ ਰਿਹਾ ਜਿਸ ਤਰ੍ਹਾਂ ਕਿ ਹੋਣਾ ਚਾਹੀਦਾ ਆ ਉੱਤੇ ਤੁਸੀਂ ਦੇਖੋ ਕਿ ਦੀਵੇ ਬਾਲਣ ਦੀ ਜਿਹੜੀ ਥਾਂ ਆ ਕਿੰਨੀ ਖੂਬਸੂਰਤ ਔਰ ਪ੍ਰਾਤਨ ਹੈ ਇਹਨੂੰ ਰੀਸਟੋਰ ਕੀਤਾ ਜਾਏਗਾ ਔਰ ਇਹਦੇ ਚਾਰੋਂ ਕਾਰਨਰਸ ਦੇ ਉੱਤੇ ਬਹੁਤ ਹੀ ਖੂਬਸੂਰਤ ਦੀਵੇ ਬਾਲਣ ਵਾਲੀ ਜਿਹੜੀ ਜਗ੍ਹਾ ਆ ਆ ਦੇਖੋ ਉੱਤੇ ਕਿ ਰਾਤ ਦੇ ਹਨੇਰੇ ਵਿੱਚ ਡਬਲ ਜਗ੍ਹਾ ਦੇ ਉੱਤੇ ਲਾਈਟ ਬਾਲਣ ਦੀ ਜਿਹੜੀ ਹੈ ਉਹ ਜਗ੍ਹਾ ਬਣੀਆਂ ਹੋਈਆਂ ਨੇ ਆ ਐ ਦੇਖੋ ਕਿੰਨੀਆਂ ਸੋਹਣੀਆਂ ਨੇ ਤਿੰਨ ਤਿੰਨ ਸਥਾਨ ਪੂਰੇ ਬਣੇ ਹੋਏ ਆ ਫਿਰ ਉੱਤੇ ਵੀ ਜਿਹੜੇ ਨੇ ਓ ਦੇਖੋ ਉੱਤੇ ਤੁਸੀਂ ਉੱਤੇ ਨਜ਼ਰ ਆ ਰਹੇ ਹੋਣਗੇ ਤੁਹਾਨੂੰ ਜੀ ਬਿਲਕੁਲ ਜੀ ਦੀਵਾਲੀ ਦੇ ਉੱਤੇ ਔਰ ਵਿਸਾਖੀ ਦੇ ਉੱਤੇ ਜੋਤ ਜਗਾਈ ਜਾਂਦੀ ਜੀ ਇਸੇ ਬਕਾਇਦਾ ਤੌਰ ਤੇ ਔਰ ਐ ਦੂਸੀ ਦੇਖੋ ਜਿਸ ਤਰ੍ਹਾਂ ਕਿ ਓਲਡ ਜਿਹੜੀਆਂ ਸਿੱਖ ਵੇਲੀਆਂ ਸਨ ਉਹਨਾਂ ਦੇ ਪੁਰਾਤਨ ਆਰਕੀਟੈਕਚਰ ਜਿਹੜੇ ਨੇ ਉਹਨਾਂ ਨੂੰ ਵਰਕ ਅਗਰ ਇਹਨੂੰ ਦੇਖੋ ਜੀ ਦੁਬਾਰਾ ਤੋਂ ਕੱਚਾ ਕੀਤਾ ਜਾਏਗਾ ਕੱਚਾ ਕਰਕੇ ਫਿਰ ਉਸ ਤੋਂ ਬਾਅਦ ਇਹਦੀ ਭਰਾਈ ਕੀਤੀ ਜਾਏਗੀ ਠੀਕ ਹੈ ਜੀ ਔਰ ਇਹਦੇ ਵਿੱਚ ਮੁਗਲਈ ਇੱਟ ਲੱਗੀ ਹੋਈ ਹੈ ਮੁਗਲਈ ਇੱਟ ਦੀ ਯੂਜ਼ ਹੈ ਔਰ ਇਹਦੀ ਜਿਹੜੀ ਆਰਕ ਹੈ ਉਹ ਐਕਸਟੈਂਡਡ ਆਰਕ ਹੈ ਠੀਕ ਹੈ ਜੀ ਜਿਹੜੀ ਕਿ ਸਿੱਖ ਆਰਕੀਟੈਕਚਰ ਨੂੰ ਕਿਹਾ ਜਾਂਦਾ ਜਿਹੜੀ ਕਿ ਮੁ슬ਮਾਨ ਔਰ Hindu ਆਰਕੀਟੈਕਚਰ ਨੂੰ ਮਿਕਸ ਕਰਕੇ ਤੇ ਫਿਰ ਬਣਾਈ ਜਾਂਦੀ ਸੀ ਯਾਨੀ ਕਿ ਕਹਿ ਲਓ ਇੰਡੋ ਪਰਸ਼ੀਅਨ ਇੰਡੋ ਪਰਸ਼ੀਅਨ ਆਰਕੀਟੈਕਚਰ ਜਿਹ ਹੋਰ ਤੁਹਾਨੂੰ ਅਸੀਂ ਦਿਖਾਨੇ ਅਸਲ ਵਿੱਚ ਜਿਹੜੀ ਚੀਜ਼ ਹੈ ਅੰਦਰੋਂ ਤਾਂ ਖੈਰ ਪਲਸਤਰ ਚੜੇਗਾ ਉਹਦਾ ਤਾਂ ਹੋਰ ਕੋਈ ਆਪਸ਼ਨ ਹੈ ਹੀ ਨਹੀਂ ਹੈ ਅਸੀਂ ਤੁਹਾਨੂੰ ਚੱਲਦੇ ਆਂ ਤੇ ਥੱਲੋ ਦਿਖਾਨੇ ਆਂ ਪਹਿਲੇ ਸਰੋਵਰ ਉਹ ਸਰੋਵਰ ਤੋਂ ਦੂਰੋਂ ਤੁਹਾਨੂੰ ਦਿਖਾਨੇ ਆਂ ਕਿ ਗੁਰਦੁਆਰਾ ਸਾਹਿਬ ਦੀ ਜਿਹੜੀ ਹੈ ਵੈਸਟ ਵੈਲੇਸ ਪਾਸੋਂ ਕਿਸ ਤਰ੍ਹਾਂ ਦੀ ਲੋਕ ਨਜ਼ਰ ਆਉਂਦੀ ਹੈ ਇਹ ਹੈ ਜੀ ਤਾਰੀਖੀ ਸਰੋਵਰ ਔਰ ਇੱਥੋਂ ਅਮਰਤਕੁੰਡ ਜਾਰੀ ਹੋਇਆ ਠੀਕ ਹੈ ਜੀ ਉਹਦੇ ਵਿੱਚ ਤਕਰੀਬਨ ਕੋਈ 82 84 84 85 ਜਿਹੜੀਆਂ ਪਲੇਟਾਂ ਨੇ ਉਹ ਲਗੀਆਂ ਹੋਈਆਂ ਸਨ ਇਹ तकरीबन ਹੁਣ ਵੀ 53 ਦੇ ਕਰੀਬ ਸੇਵਾ ਕਰਵਾਈਆਂ ਜਿਹੜੀਆਂ ਨੇ ਉਹ ਲਗੀਆਂ ਹੋਈਆਂ ਨੇ ਇਸ ਜਗ੍ਹਾ ਦੇ ਉੱਤੇ ਮੈਂ ਪਾਲਕੀ ਦਾ ਜ਼ਿਕਰ ਕੀਤਾ ਸੀ ਕਿ ਇਹ ਦੇਖੋ ਤੁਸੀਂ ਹਲੇ ਵੀ ਅਮਰਤਕੁੰਡ ਦੇ ਬਾਰੇ ਚ ਕੁੰਡ ਲਿਖਿਆ ਮੈਂ ਅਮਰਤਕੁੰਡ ਸੇਵਾ ਕਰਾਈ ਕਿਸ ਨੇ ਕਰਾਈ ਥੱਲੇ ਉਹ ਨਾਮ ਵਗੈਰਾ ਸੀ ਉਹ ਮਿਟ ਗਿਆ ਇੱਥੇ ਅਸੀਂ ਇੱਥੇ ਪਾਲਕੀ ਸੀ ਜੀ हां जी जी ਪ੍ਰਾਤਨ ਗੁਰੂ ਖੰਡਾ ਵੀ ਬਣਿਆ ਹੋਇਆ ਤੁਸੀਂ ਦੇਖੋ ਉੱਥੇ ਔਰ ਆਪਾਂ ਚਾਹਾਂਗੇ ਕਿ ਇਸ ਜਗ੍ਹਾ ਦੇ ਉੱਤੇ ਪ੍ਰਾਤਨ ਜਿਹੜੀ ਪਾਲਕੀ ਹੈ ਜਿਹੜੀ ਮਾਰਬਲ ਦੀ ਮੈਂ ਗੱਲ ਕੀਤੀ ਸੀ ਉਹ ਇੱਥੇ ਦੁਬਾਰਾ ਤੋਂ ਮਾਰਬਲ ਦੀ ਜਿਹੜੀ ਪਾਲਕੀ ਹੈ ਜੀ ਬਾਬਾ ਗੁਰੂ ਨਾਨਕ ਸਾਹਿਬ ਇਸ ਜਗ੍ਹਾ ਤੇ ਬੈਠੇ ਸਨ ਜਿੱਥੋਂ ਜਲ ਜਾਰੀ ਹੋਇਆ ਸੀ ਜਿੱਥੋਂ ਇਹ ਕੁੰਡ ਜਾਰੀ ਹੋਇਆ ਹੈ ਜਿਹਦੀ ਵਜ੍ਹਾ ਨਾਲ ਇਹਨੂੰ ਚਵਾ ਕਿਹਾ ਜਾਂਦਾ ਔਰ ਚਵਾ ਜਿਹੜਾ ਜ਼ਮੀਨ ਚੋਂ ਪਾਣੀ ਫੁੱਟਣ ਦੇ ਲਫ਼ਜ਼ ਨੂੰ ਯੂਜ਼ ਕੀਤਾ ਜਾਂਦਾ ਕੁਝ ਲੋਕ ਚੂਹਾ ਕਹਿੰਦੇ ਨੇ ਚੂਹਾ ਲਫ਼ਜ਼ ਗਲਤ ਹੈ ਚਵਾ ਚਵਾ ਯਾਨੀ ਕਿ ਚੋ ਆ ਚੇਵਾ ਚੋਲ ਹਮਾਦਾ ਹਾਂ ਚੋ ਆ ਯਾਨੀ ਕਿ ਪਾਣੀ ਦਾ ਨਿਕਲਣਾ ਨਿਕਲਣਾ ਚੋਣਾ ਕਿਸੇ ਚੀਜ਼ ਤੋਂ ਇਹ ਇੱਥੇ ਜੀ ਪਾਲਕੀ ਬਣਣੀ ਹੈ ਜੀ ਮਾਰਬਲ ਦੀ ਖੂਬਸੂਰਤ ਵਾਈਟ ਮਾਰਬਲ ਦੀ ਪੁਰਾਣਾ ਨਿਸ਼ਾਨ ਜਿਹੜਾ ਉਹਦਾ ਮੌਜੂਦ ਹੈ ਇਹਦੇ ਉੱਤੇ ਹੀ ਆਪਾਂ ਅੱਗੇ ਸੇਵਾ ਕਰਵਾਵਾਂਗੇ ਇਹ ਹੈ ਜੀ ਤਲਾਕੀ ਗੇਟ ਕਿਹਾ ਜਾਂਦਾ ਹੈ ਕਿ ਆਪਣਾ ਸ਼ੇਰ ਸ਼ਾ ਸੂਰੀ ਦਾ ਬੇਟਾ ਜਦੋਂ ਇਸ ਇਸ ਗੇਟ ਥਾਣੀ ਲੰਘਿਆ ਸੀ ਸਲੀਮ ਸੂਰੀ ਤੇ ਉਹ ਬਿਮਾਰ ਹੋ ਗਿਆ ਤੇ ਬਹੁਤ ਮਰਦਾ ਮਰਦਾ ਬੱਚਿਆ ਤੋਂ ਉਸ ਤੋਂ ਬਾਅਦ ਇਸ ਗੇਟ ਤੋਂ ਕਦੀ ਵੀ ਸ਼ੇਰਸ਼ਾ ਸੂਰੀ ਨਹੀਂ ਲੰਘਿਆ ਇਹਨੂੰ ਉਹਨੇ ਛੱਡ ਦਿੱਤਾ ਯਾਨੀ ਕਿ ਕਦੀ ਜ਼ਿੰਦਗੀ ਚ ਨਹੀਂ ਲੰਘਿਆ ਇਹਦਾ ਮਤਲਬ ਇਹਨੂੰ ਤਲਾਕ ਦਿੱਤੀ ਇਸ ਵਾਸਤੇ ਇਹਦਾ ਨਾਮ ਸੀ ਤਲਾਕੀ ਗੇਟ ਤੁਸੀਂ ਦੇਖੋ ਕਿੱਡਾ ਉੱਚਾ ਗੇਟ ਹੈ ਉਹਦੇ ਅੱਗੇ ਥੰਮ ਲਾਇਆ ਕਿਉਂਕਿ ਇਹ ਜ਼ਮੀਨ ਰੁੜ ਗਈ ਹੈ ਸਾਰੀ ਦੀ ਸਾਰੀ ਤੇ ਆਪਣਾ ਜਿਹੜਾ ਸਾਡਾ ਮਿਸ਼ਨ ਹੈ ਅਸੀਂ ਬਿਲਡਿੰਗ ਨੂੰ ਚਾਹੁੰਦੇ ਹਾਂ ਕਿ ਬਿਲਕੁਲ ਬਿਲਡਿੰਗ ਜਿਹੜੀ ਹੈ ओरिजिनल ਹਾਲਤ ਦੇ ਵਿੱਚ ਰਵੇ ਉਹਨੂੰ ਡਿਸਟਰਬ ਨਾ ਕੀਤਾ ਜਾਵੇ ਬਲਕਿ ਉਹਨੂੰ ਉਦੀ ਸ਼ਾਨੋ ਸ਼ੌਕਤ ਨੂੰ ਹੋਰ ਵਧਾਇਆ ਜਾਏ ਇਹ ਦੇਖੋ ਜੀ ਹੁਣ ਤੁਸੀਂ ਬਿਲਡਿੰਗ ਜਿਹੜੀ ਹੈ ਜੀ ਬਿਲਕੁਲ ਜੀ ਚਵਾ ਸਾਹਿਬ ਦੇ ਵਿੱਚ ਅਗਰ ਤੁਸੀਂ ਦੇਖੋ ਤੇ ਸੇਮ ਗੁਰਦੁਆਰਾ ਸਾਹਿਬ ਦੀ ਪੂਰੀ ਜਿਹੜੀ ਲੁੱਕ ਹੈ ਉਹ ਇਹਦੇ ਵਿੱਚ ਨਜ਼ਰ ਆਉਂਦੀ ਆਪਾਂ ਤੁਹਾਨੂੰ ਥੋੜਾ ਜਨਾ ਪਿੱਛੋਂ ਹੋ ਕੇ ਤੇ ਦਿਖਾਉਨੇ ਆਂ ਆ ਦੇਖ ਲਓ ਤੁਸੀਂ ਜੀ ਇਹ ਪੁਰਾਤਨ ਸਟੋਨ ਮੇਡ ਜਿਹੜੇ ਰੂਮਸ ਹਨ ਇੱਥੇ ਠੀਕ ਹੈ ਜੀ ਇਹ ਯਾਤਰੀ ਨਿਵਾਸ ਵਗੈਰਾ ਜਿਹੜੇ ਨੇ ਹਾਂਜੀ ਜੀ ਇੱਥੇ ਜਾਣ ਵਾਸਤੇ ਪੁਰਾਣੇ ਪੱਥਰ ਨਾਲ ਜਿਹੜੀ ਹੈ ਬਣੀ ਹੋਈ ਹੈ ਤੇ ਖੂਨ ਵੀ ਕੋਸ਼ਿਸ਼ ਕਰਾਂਗੇ ਆਪਾਂ ਕਿ ਜੇਲਮ ਸਟੋਨ ਇੱਥੋਂ ਕਰੀਬੋਂ ਆਰਾਮ ਨਾ ਮਿਲ ਜਾਂਦਾ ਠੀਕ ਹੈ ਜੀ ਆ ਇਸ ਤਰ੍ਹਾਂ ਜੀ ਕਲੀਅਰ ਵਾਟਰ ਦੇ ਅੰਦਰ ਪੂਰਾ ਰਿਫਲੈਕਸ਼ਨ ਆਉਂਦਾ ਹੁੰਦਾ ਗੁਰਦੁਆਰਾ ਸਾਹਿਬ ਦਾ ਆ ਦੇਖੋ ਤੁਸੀਂ ਦੇਖ ਸਕਦੇ ਹੋ ਪੂਰੀ ਬਿਲਡਿੰਗ ਦਿਸਦੀ ਹੈ ਜੀ ਇੱਥੋਂ ਤੇ ਇਹਦੇ ਵਿੱਚ ਪਾਉਣਾ ਵੀ ਆ ਜੀ ਫੀਮੇਲ ਵਾਸਤੇ ਅਲੱਗ ਬਾਤ ਜਿਹੜਾ ਉਹ ਵੀ ਹੈਗਾ ਜਿੱਦਾਂ ਕਿ ਪੁਰਾਤਨ ਗੁਰਦੁਆਰਿਆਂ 'ਚ ਹੁੰਦਾ ਸੀ ਉਹ ਵੀ ਆਪਾਂ ਤੁਹਾਨੂੰ ਦਿਖਾਣੇ ਆ ਆ ਦੇਖੋ ਤੁਸੀਂ ਇਹ ਵੈਸਟ ਵੈਲੀ ਸਾਈਟ ਤੋਂ ਜਿਹੜੀ ਆ ਲੁੱਕ ਹੈ ਔਰ ਉੱਤੇ ਜਿਹੜੀਆਂ ਗੁੰਟੀਆਂ ਨੇ ਤੁਸੀਂ ਦੇਖੋ ਉਹ ਥੋੜੀਆਂ achੀਆਂ ਨਹੀਂ ਲੱਗ ਰਹੀਆਂ ਆਪਾਂ ਇਹਨਾਂ ਗੁੰਟੀਆਂ ਦੀ ਵੀ ਸੇਵਾ ਜਿਹੜੀ ਹੈ origignal ਚਾਹਾਂਗੇ ਜਿਸ ਤਰ੍ਹਾਂ ਕਿ ਗੁਰਦੁਆਰਾ ਸਾਹਿਬ ਦੀਆਂ ਗੁੰਟੀਆਂ ਹੁੰਦੀਆਂ ਨੇ ਆ ਤੁਸੀਂ ਦੇਖੋ ਜੀ ਆ ਪਾਉਣਾ ਯਾਨੀ ਕਿ ਫੀਮੇਲ ਬਾਤ ਹੈ ਜੀ ਠੀਕ ਹੈ ਜੀ ਉਹ ਪਿੱਛੇ ਬਾਗ ਨਜ਼ਰ ਆ ਗਿਆ ਤੁਹਾਨੂੰ ਲੈਫਟ ਸਾਈਡ ਦੇਤੇ ਆ ਗੁਰਦੁਆਰਾ ਸਾਹਿਬ ਤੁਹਾਨੂੰ ਨਜ਼ਰ ਆ ਗਿਆ ਹੁਣ ਸਾਡਾ ਜਿਹੜਾ ਮਿਸ਼ਨ ਹੈ ਅਸੀਂ ਚਾਹਨੇ ਆ ਕੀ ਕੀਤਾ ਜਾਵੇ ਅਸੀਂ ਚਾਹਨੇ ਆ ਕਿ ਬਿਲਡਿੰਗ ਜਿਹੜੀ ਹੈ ਉਹ ਕੋਈ ਵੀ ਚੀਜ਼ ਉਸਾਰਨੀ ਹੈ ਯਾਨੀ ਕਿ ਯਾਤਰੀ ਨਿਵਾਸ ਉਸਾਰਨੀ ਹੈ ਡਿਸਪੈਂਸਰੀ ਉਸਾਰਨੀ ਹੈ ਕੋਈ ਚੀਜ਼ ਵੀ ਬਣਾਉਣੀ ਹੈ ਤੇ ਉਹਨਾਂ ਨੂੰ ਇਸ ਜਗ੍ਹਾ ਦੇ ਉੱਤੇ ਬਣਾਇਆ ਜਾਵੇ ਤਾਂ ਕਿ ਗੁਰਦੁਆਰਾ ਸਾਹਿਬ ਦਾ ਜਿਹੜਾ ਮੇਨ ਆਰਕੀਟੈਕਚਰ ਹੈ ਉਹਨੂੰ ਡਿਸਟਰਬ ਨਾ ਕੀਤਾ ਜਾਵੇ ਔਰ ਰਣਜੀਤ ਨਗਾਰਾ ਜਿਹੜੀ ਆ ਉਹਨਾਂ ਦੀ ਟੀਮ ਨੇ ਵੀ ਇਸ ਚੀਜ਼ ਨੂੰ ਐਕਸੈਪਟ ਕੀਤਾ ਵਾ ਕਿ ਆਹ ਜਿਹੜੀ ਇੰਨੀ ਖਾਲੀ ਜਗ੍ਹਾ ਪਈ ਆ ਜਿੱਥੇ ਗਾਰਡਨ ਲੱਗਾ ਹੋਇਆ ਇਹਦੇ ਵਿੱਚ ਜਿਹੜਾ ਉਹ ਯਾਤਰੀ ਨਿਵਾਸ ਔਰ ਉਹ ਸੇਵਾ ਵਾਲੀਆਂ ਜਿਹੜੀਆਂ ਜਿੰਨੀਆਂ ਵੀ ਜਗ੍ਹਾ ਨੇ ਉਹ ਇੱਥੇ ਬਣਾਈ ਜਾਵੇ ਕਿੰਨੀ ਜਗ੍ਹਾ ਖਾਲੀ ਆ ਦੇਖ ਲਓ ਇਹ ਪਹਾੜੀ ਦੇ ਨਾਲ ਜਗ੍ਹਾ ਖਾਲੀ ਆ ਇਸ ਜਗ੍ਹਾ ਤੇ ਬਣਾਇਆ ਜਾ ਸਕਦਾ ਹੈ ਜੀ 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 ਆਰਕੀਟੈਕਚਰ ਥਰੇਡ ਦੇ ਬਾਰੇ ਡਿੱਗੀਆਂ ਹੋਈਆਂ ਨੇ ਜਿੰਨੇ ਪਹਿਲੇ ਵੀ ਡਿਜ਼ਾਈਨ ਕੀਤਾ ਉਸ ਦੌਰ ਦੇ ਵਿੱਚ ਅੱਜ ਤੋਂ 150 ਸਾਲ ਪਹਿਲੇ ਵੀ ਉਹਨਾਂ ਨੇ ਵੀ ਇਹ ਸਾਰੇ ਰੂਮ ਦੀ ਤੁਸੀਂ ਦੇਖ ਲਓ ਬੁਨਿਆਦਾਂ ਜਿਹੜੀਆਂ ਨੇ ਆਹ ਦੀਵਾਰ ਡਿੱਗੀ ਹੋਈ ਆ ਕੱਚ ਚੂਨਾ ਗੇਰੀ ਵਾਲੀ ਠੀਕ ਹੈ ਜੀ ਅਸੀਂ ਐਵੇਂ ਸੁਜੈਸ਼ਨ ਨਹੀਂ ਦੇ ਰਹੇ ਆਪਣੇ ਕੋਲੋਂ ਇਹ ਆਲਰੇਡੀ ਜਿਹੜੇ ਚੀਜ਼ਾਂ ਖਰਾਬ ਹੋਈਆਂ ਨੇ ਜਾਂ ਡਿੱਗੀਆਂ ਹੋਈਆਂ ਨੇ ਨੀਹਾਂ ਜਿਹੜੀਆਂ ਨੇ ਹਲੇ ਵੀ ਮੌਜੂਦ ਨੇ हां जी जी, ए, जी ये मालटे ਦੇ ਬੂਟੇ ਕੋਲ ਦੇਖੋ ਮਿਰਜ਼ਾ ਸਾਹਿਬ ਤੁਹਾਨੂੰ ਦਿਖਾ ਵੀ ਰਹੇ ਨੇ ਕਿ ਔਰ ਆਹ ਦੇਖੋ ਇਹ ਪਰ ਨਾਲੇ ਦੀ ਜਗਾ ਵੀ ਹੈ ਬਿਲਡਿੰਗ ਦੀ ਆਹ ਪਰ ਨਾਲੇ ਦਾ ਪਾਣੀ ਜਿੱਥੋਂ ਪੈਂਦਾ ਉਹ ਚੀਜ਼ ਬਣੀ ਹੋਈ ਹੈ ਔਰ ਬਕਾਇਦਾ ਦੇ ਵਿੱਚ ਮੁਗਲਈ ਇਟ ਦਾ ਲੱਗਾ ਹੋਇਆ ਹੈ ਜੀ ਨਜ਼ਰ ਆ ਰਿਹਾ ਹੈ ਬਾਕੀ ਬ੍ਰਿਟਿਸ਼ ਬ੍ਰਿਟਿਸ਼ ਵੀ ਹੈ ਨਜ਼ਰ ਆਉਂਦੀ ਹੈ ਜੀ ਜੋ ਸੇਵਾ ਹੁੰਦੀ ਰਹੀ ਹੈ ਨਾਲ ਨਾਲ ਠੀਕ ਹੈ ਜੀ ਬੈਕ ਸਾਈਡ ਜਿਹੜੀ ਹੈ ਐਜ਼ ਇਟ ਇਜ਼ ਰਹੇਗੀ ਜੇਲਮ ਸਟੋਨ ਦੀ ਔਰ ਇੱਥੇ ਇੱਕ ਛੋਟੀ ਜੀ ਗੁੰਮਟੀ ਬਣਨੀ ਹੈ ਇਹਦੇ ਉੱਤੇ ਇਹ ਤੁਸੀਂ ਦੇਖੋ ਇਸ ਜਗ੍ਹਾ ਦੇ ਉੱਤੇ ਗੁੰਮਟੀ ਬਣਨ ਵਾਲੀ ਹੈ ਐਥੇ ਉਹ ਛੋਟਾ ਜਿਹਾ ਗੁੰਬਦ ਬਣਨਾ ਵਾ ਇਹ ਡਾਟਾ ਸਨ ਦੋ ਦੇਖੋ ਨਾ ਨਜ਼ਰ ਆ ਹਾਂਜੀ ਜੀ ਡਾਟਾ ਨਜ਼ਰ ਆ ਰਹੀਆਂ ਨੇ ਇੱਕ ਵਾਰ ਇਹ ਸਾਰਾ ਇਹ ਪੂਰਾ ਲੈ ਹਿੱਸਾ ਪੱਥਰ ਦਾ ਹਾਂਜੀ ਜੀ ਥੱਲੇ ਜਿਹੜੀ ਮੁਗਲਈ ਇਟ ਹੈ ਤੇ ਇਹ ਜੀ ਹੁਣ ਜਿਹੜਾ ਬਾਗ ਉਸਾਰਿਆ ਗਿਆ ਇੱਥੇ ਉਹਦਾ 뷰 ਹੈ ਉਹ ਰਥੇ ਇੱਕ ਖੂਹ ਜਿਹੜਾ ਇੱਕ ਹੋਰ ਹੈ ਯਾਨੀ ਕਿ ਦੋ ਖੂਹ ਨੇ ਇੱਕ ਸਰੋਵਰ ਹੈ ਹਾਲਾਂਕਿ ਇਸ ਪਾਣੀ ਇੱਥੇ ਪਾਣੀ ਨਾ ਪਾਇਦਾ ਸੰਗਤ ਦੀ ਯੋਗਦਾਨ ਤੁਸੀਂ ਦੇਖੋ ਕਿੰਨਾ ਉਸ ਵਲੇ ਵੀ ਕੀਤਾ ਜਾਂਦਾ ਸੀ ਯਾਨੀ ਕਿ ਯਾਤਰੀਨ ਵਾਸਤੇ ਪਾਣੀ ਜਿਹੜਾ ਹੈ ਉਹ ਇੱਥੋਂ ਸੀ ਇੱਥੋਂ ਲਿਆ ਜਾਂਦਾ ਸੀ 70 ਸਾਰਾ ਗੱਜਨਾ ਔਰ ਪੱਥਰ origignal ਜਿਹੜਾ ਹੈ ਦੇਖੋ ਆਪਾਂ ਇਹ ਚਾਹੁੰਦੇ ਆ ਇਹ ਜਿਹੜਾ ਸਟੋਨ ਲੱਗਾ ਹੋਇਆ ਹੈ ਨਾ ਇਦਾਂ ਦਾ ਕੰਮ ਹੋਵੇ ਇੱਥੇ ਦੇ ਲੋਕਲ ਪੱਥਰ ਦੇ ਨਾਲ ਥੋੜਾ ਐਕਸਪੈਂਸਿਵ ਜ਼ਰੂਰ ਪਏਗਾ ਜੀ ਜੀ ਡੰਗਰ ਵਾਸਤੇ ਚਾਹੀਦਾ ਹੈ ਉਹ ਕਿਸੇ ਨਕਸ਼ੇ ਵਾਂਗੂ ਠੀਕ ਹੋ ਗਿਆ ਜੀ ਤੇ ਆਪਾਂ ਚੱਲਦੇ ਆਂ ਅੱਗੋਂ ਜਾ ਕੇ ਤੁਹਾਨੂੰ ਦਿਖਾਨੇ ਆਂ ਫਿਰ ਅ ਮਜੀਦ ਗੁਰਦੁਆਰਾ ਸਾਹਿਬ ਦੇ ਅੰਦਰੋਂ ਕੀ ਕੀ ਹੋਣ ਵਾਲਾ ਉਹ ਆਪਾਂ ਗੱਲ ਕਰਦੇ ਆਂ ਤਾਂ ਕਿ ਰਬ ਰੱਖਾ ਜੀ